ਮੋਹਾਲੀ ਦੇ ਖਰੜ ਦੇ ਸਣੀ ਇਨਕਲੇਵ ਦੇ ਵਿੱਚ 27 ਸਾਲ ਦੀ ਕੁੜੀ ਦਾ ਬੜੀ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ। ਹਾਲੇ 6 ਮਹੀਨੇ ਪਹਿਲਾਂ ਹੀ ਪਰਿਵਾਰ ਦੇ ਨਾਲ ਇੱਥੇ ਸ਼ਿਫਟ ਹੋਈ ਸੀ ਤਾਂ ਤੇਜ਼ਧਾਰ ਹਥਿਆਰਾਂ ਦੇ ਨਾਲ ਘਰ ਦੇ ਕੋਲ ਇਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ। 27 ਸਾਲ ਇਸ ਲੜਕੀ ਦੀ ਉਮਰ ਹੈ, ਨਾਮ ਇਸਦਾ ਏਕਤਾ ਹੈ। ਮਲਟੀਨੈਸ਼ਨਲ ਦੇ ਵਿੱਚ ਕੰਮ ਕਰਦੀ ਸੀ ਤਾਂ ਪੁਲਿਸ ਨੇ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਖਰੜ ਦੇ ਸਣੀ ਇਨਕਲੇਵ ਦੇ ਵਿੱਚ ਬੜੀ ਬੇਰਹਿਮੀ ਦੇ ਨਾਲ ਇਸ ਕੁੜੀ ਦਾ ਕਤਲ ਕੀਤਾ ਗਿਆ। ਪਰਿਵਾਰ ਦੇ ਨਾਲ 6 ਮਹੀਨੇ ਪਹਿਲਾਂ ਇੱਥੇ ਸ਼ਿਫਟ ਹੋਈ ਸੀ ਤਾਂ ਧਾਹਾਂ ਮਾਰ ਮਾਰ ਕੇ ਪਰਿਵਾਰ ਰੋਂਦਾ ਨਜ਼ਰ ਆ ਰਿਹਾ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਕਤਲ ਕਿਸਨੇ ਕੀਤਾ, ਕਿਉਂ ਕੀਤਾ, ਇਹ ਹਾਲੇ ਸਵਾਲ ਬਰਕਰਾਰ ਨੇ। ਫਿਲਹਾਲ ਪੁਲਿਸ ਦੇ ਵੱਲੋਂ ਹਰ ਐਂਗਲ ਤੋਂ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਘਰ ਦੇ ਕੋਲ ਹੀ ਇਸ ਲੜਕੀ ਦੀ ਲਾਸ਼ ਮਿਲੀ, ਖੂਨ ਦੇ ਨਾਲ ਲੱਥ-ਪੱਥ, ਤਾਂ ਪੁਲਿਸ ਦੇ ਵੱਲੋਂ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜਿਆ ਗਿਆ। ਖਰੜ ਦੇ ਸਣੀ ਇਨਕਲੇਵ ਦੇ ਵਿੱਚ 27 ਸਾਲ ਦੀ ਏਕਤਾ ਦਾ ਕਤਲ ਕੀਤਾ ਗਿਆ। ਮਲਟੀਨੈਸ਼ਨਲ ਦੇ ਵਿੱਚ ਕੰਮ ਕਰਦੀ ਸੀ, ਤੇਜ਼ਧਾਰ ਹਥਿਆਰਾਂ ਦੇ ਨਾਲ ਇਸ ਲੜਕੀ ਨੂੰ ਮੌਤ ਦੇ ਘਾਟ ਉਤਾਰਿਆ ਗਿਆ। ਫਿਲਹਾਲ ਇਸ ਕਤਲ ਦੇ ਬਾਰੇ ਲੜਕੀ ਦੇ ਪਰਿਵਾਰਕ ਮੈਂਬਰਾਂ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ। ਫਿਲਹਾਲ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਪੜਤਾਲ ਜਾਰੀ ਹੈ। ਮੋਹਾਲੀ ਦੇ ਖਰੜ ਦੇ ਸਣੀ ਇਨਕਲੇਵ ਦੇ ਵਿੱਚ 27 ਸਾਲ ਦੀ ਕੁੜੀ ਦਾ ਬੜੀ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ। ਹਾਲੇ 6 ਮਹੀਨੇ ਪਹਿਲਾਂ ਹੀ ਪਰਿਵਾਰ ਦੇ ਨਾਲ ਇੱਥੇ ਸ਼ਿਫਟ ਹੋਈ ਸੀ ਤਾਂ ਤੇਜ਼ਧਾਰ ਹਥਿਆਰਾਂ ਦੇ ਨਾਲ ਘਰ ਦੇ ਕੋਲ ਇਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ। 27 ਸਾਲ ਇਸ ਲੜਕੀ ਦੀ ਉਮਰ ਹੈ, ਨਾਮ ਇਸਦਾ ਏਕਤਾ ਹੈ। ਮਲਟੀਨੈਸ਼ਨਲ ਦੇ ਵਿੱਚ ਕੰਮ ਕਰਦੀ ਸੀ ਤਾਂ ਪੁਲਿਸ ਨੇ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਖਰੜ ਦੇ ਸਣੀ ਇਨਕਲੇਵ ਦੇ ਵਿੱਚ ਬੜੀ ਬੇਰਹਿਮੀ ਦੇ ਨਾਲ ਇਸ ਕੁੜੀ ਦਾ ਕਤਲ ਕੀਤਾ ਗਿਆ। ਪਰਿਵਾਰ ਦੇ ਨਾਲ 6 ਮਹੀਨੇ ਪਹਿਲਾਂ ਇੱਥੇ ਸ਼ਿਫਟ ਹੋਈ ਸੀ ਤਾਂ ਧਾਹਾਂ ਮਾਰ ਮਾਰ ਕੇ ਪਰਿਵਾਰ ਰੋਂਦਾ ਨਜ਼ਰ ਆ ਰਿਹਾ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਕਤਲ ਕਿਸਨੇ ਕੀਤਾ, ਕਿਉਂ ਕੀਤਾ, ਇਹ ਹਾਲੇ ਸਵਾਲ ਬਰਕਰਾਰ ਨੇ। ਫਿਲਹਾਲ ਪੁਲਿਸ ਦੇ ਵੱਲੋਂ ਹਰ ਐਂਗਲ ਤੋਂ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਘਰ ਦੇ ਕੋਲ ਹੀ ਇਸ ਲੜਕੀ ਦੀ ਲਾਸ਼ ਮਿਲੀ, ਖੂਨ ਦੇ ਨਾਲ ਲੱਥ-ਪੱਥ, ਤਾਂ ਪੁਲਿਸ ਦੇ ਵੱਲੋਂ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜਿਆ ਗਿਆ। ਖਰੜ ਦੇ ਸਣੀ ਇਨਕਲੇਵ ਦੇ ਵਿੱਚ 27 ਸਾਲ ਦੀ ਏਕਤਾ ਦਾ ਕਤਲ ਕੀਤਾ ਗਿਆ। ਮਲਟੀਨੈਸ਼ਨਲ ਦੇ ਵਿੱਚ ਕੰਮ ਕਰਦੀ ਸੀ, ਤੇਜ਼ਧਾਰ ਹਥਿਆਰਾਂ ਦੇ ਨਾਲ ਇਸ ਲੜਕੀ ਨੂੰ ਮੌਤ ਦੇ ਘਾਟ ਉਤਾਰਿਆ ਗਿਆ। ਫਿਲਹਾਲ ਇਸ ਕਤਲ ਦੇ ਬਾਰੇ ਲੜਕੀ ਦੇ ਪਰਿਵਾਰਕ ਮੈਂਬਰਾਂ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ। ਫਿਲਹਾਲ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਪੜਤਾਲ ਜਾਰੀ ਹੈ।